ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਨਨਕਾਣਾ ਸਾਹਿਬ ਨਿਊਜ਼ ਵਿਊਜ਼, ਤੇ ਮੈਂ ਅੱਲਾ ਯਾਰ ਸਿਆਲ। ਅੱਜ ਮੈਂ ਤੁਹਾਨੂੰ ਲਹਿੰਦੇ ਪੰਜਾਬ ਦਾ ਪਿੰਡ ਚਲਾਰ ਗੁਜਰਾਂ ਦਿਖਾਉਣ ਲੱਗਾ, ਜਿਹਦਾ ਤਹਿਸੀਲ ਵਾ ਜ਼ਿਲ੍ਹਾ ਨਨਕਾਣਾ ਸਾਹਿਬ ਹੈ। ਤੇ ਇਸ ਪਿੰਡ ਦੀ ਟੋਟਲ ਕੁੱਲ ਆਬਾਦੀ ਕਿੰਨੀ ਹੈ, ਇਸ ਪਿੰਡ ਦੇ ਜਨਰਲ ਇਲੈਕਸ਼ਨ ਦੇ ਵਿੱਚ ਵੋਟ ਕਿੰਨੇ ਨੇ, ਇਸ ਪਿੰਡ ਦੇ ਵਿੱਚ ਤਰੱਕਿਆਤੀ ਕੰਮ ਕਿਹੜੇ ਹੋਏ ਹੋਏ ਨੇ ਜਾਂ ਹੋਣ ਵਾਲੇ ਨੇ, ਇਸ ਪਿੰਡ 'ਚ ਬਰਾਦਰੀਆਂ ਕਿੰਨੀਆਂ ਨੇ, ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਇਸ ਪਿੰਡ ਦੀ ਪੂਰੀ ਤਫਸੀਲ ਜਨਾਬ ਜੀ ਤੁਹਾਡੇ ਨਾਲ ਸਾਂਝੀ ਕਰਨੇ ਆ। ਮੇਰਾ ਨਾਮ ਬਹਿਰਾਮ ਹੈਦਰ ਹੈ, ਪਿੰਡ ਦਾ ਨਾਮ ਚਲਾਰ ਗੁਜਰਾਂ, ਅਤੇ ਤਹਿਸੀਲ ਹੋ ਜ਼ਿਲ੍ਹਾ ਨਨਕਾਣਾ ਸਾਹਿਬ। ਇਹ ਨਨਕਾਣਾ ਸਾਹਿਬ ਦੇ ਮਗਰਬ ਦੀ ਤਰਫ 2 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਪਿੰਡ ਹੈ, ਅਤੇ ਇਹਦੀ ਕੁੱਲ ਆਬਾਦੀ ਜਿਹੜੀ ਹੈ ਉਹ ਤਕਰੀਬਨ 1000 ਅਰਾਊਂਡ ਅਬਾਊਟ ਹੈ, ਔਰ ਤਕਰੀਬਨ ਇਹਦੇ ਵਿੱਚ 70-80 ਜਿਹੜੇ ਨੇ ਉਹ ਆਪਣਾ ਘਰ ਆਬਾਦ ਨੇ। ਇਹਦੇ ਵਿੱਚ ਇਸ ਆਬਾਦੀ ਦੇ ਵਿੱਚ ਸਾਰੇ ਤਕਰੀਬਨ ਟੋਟਲ ਸਾਡੀ ਜਿਹੜੀ ਹੈ ਗੁੱਜਰ ਬਰਾਦਰੀ ਹੈ, 1-2 ਘਰ ਨੇ, ਬਾਕੀ ਟੋਟਲ ਜਿਹੜੀ ਹੈ ਉਹ ਗੁੱਜਰ ਆਬਾਦੀ ਇਹਦੇ ਵਿੱਚ। ਅੱਛਾ ਚੌਰੀ ਸਾਹਿਬ, ਇਸ ਪਿੰਡ ਨੂੰ ਤਾਂ ਚਲਾਰ ਬੁਲਾਕਾ ਸਿੰਘ ਆਖਿਆ ਜਾਂਦਾ ਸੀ। ਸਰ ਮੈਂ ਨਾ ਇਹਦੀ ਤੁਹਾਨੂੰ ਤਰੀਕ ਦੱਸਣਾ ਚਾਹਾਂਗਾ। ਇਸ ਪਿੰਡ ਦੀ ਤਰੀਕ ਇਹ ਜੇ ਕਿ ਇੱਥੇ ਸਭ ਤੋਂ ਪਹਿਲੇ ਸਿੱਖਾਂ ਦਾ ਇਹ ਪਿੰਡ ਸੀਗਾ, ਜਦੋਂ ਇੱਥੇ ਪਾਕਿਸਤਾਨ ਔਰ ਹਿੰਦੁਸਤਾਨ ਇੱਕ ਹੀ ਸੀਗਾ। ਉਦੋਂ ਇਸ ਪਿੰਡ ਦੇ ਵਿੱਚ ਜ਼ਿਆਦਾ ਜਿਹੜੇ ਸੀ ਉਹ ਸਿੱਖ ਕਮਿਊਨਿਟੀ ਸੀਗੀ। ਉਹਨਾਂ ਦੇ ਵਿੱਚ ਇੱਕ ਜ਼ਿਮੀ, ਉਹਦਾ ਨਾਮ ਸੀ ਬੁਲਾਕਾ ਸਿੰਘ, ਉਹ ਤਕਰੀਬਨ 5 ਮਰੱਬਿਆਂ ਦਾ ਮਾਲਕ ਸੀ, ਔਰ ਉਹਦੇ ਨਾਮ ਦੇ ਉੱਤੋਂ ਫਿਰ ਇਸ ਪਿੰਡ ਦਾ ਨਾਮ ਸੀ ਬੁਲਾਕਾ ਸਿੰਘ। ਅਤੇ ਜਲਾਰ ਇਹਨੂੰ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਪਿੰਡ ਹੈ ਦੂਸਰੀਆਂ ਜ਼ਮੀਨਾਂ ਦੀ ਨਿਸਬਤ ਜਿਹੜਾ ਹੈਗਾ ਨਾ ਜੀ, ਇਹ ਉੱਪਰ ਸੀਗਾ, ਇਹਦੀ ਉੱਚਾਈ ਸੀਗੀ, ਉੱਚਾਈ ਦੇ ਉੱਤੇ ਇਹਦੀਆਂ ਜਿਹੜੀਆਂ ਜ਼ਮੀਨਾਂ ਨੂੰ ਪਾਣੀ ਲੱਗਦਾ ਸੀਗਾ ਉਹ ਚਲਾਰ ਦੇ ਜ਼ਰੀਏ ਪਾਣੀ ਲੱਗਦਾ ਸੀਗਾ। ਯਾਨੀ ਕਿ ਚਲਾਰ ਨਾਲ ਪਾਣੀ ਚੁੱਕ ਕੇ ਤੇ ਖਾਲੇ ਬਣਾ ਕੇ, ਜੀ ਖਾਲੇ ਬਣਾ ਕੇ ਚਲਾਰ ਦੇ ਕੇ ਪਾਰਟੀਸ਼ਨ ਕਰਕੇ, ਮਤਲਬ ਹਾਂਜੀ ਪਾਰਟੀਸ਼ਨ ਕਰਕੇ ਚਲਾਰ ਦੇ ਜ਼ਰੀਏ ਪਾਣੀ ਜਿਹੜਾ ਸੀ ਜ਼ਮੀਨਾਂ ਨੂੰ ਆਬਾਦ ਕੀਤਾ ਗਿਆ, ਜ਼ਮੀਨਾਂ ਨੂੰ ਆਬਾਦ ਕੀਤਾ ਜਾਂਦਾ ਸੀ। ਉਹ ਫਿਰ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਤਕਸੀਮ ਹੋਈ ਫਿਰ ਉਸ ਤੋਂ ਬਾਅਦ ਇਹਦਾ ਨਾਮ ਜਿਹੜਾ ਸੀ ਉਹ ਚਲਾਰ ਬੁਲਾਕਾ ਸਿੰਘ ਰੱਖਿਆ ਗਿਆ। ਫਿਰ ਇਹਨੂੰ ਅਸੀਂ ਇੱਥੇ ਆ ਕੇ ਤਕਰੀਬਨ ਜਦੋਂ ਪਾਰਟੀਸ਼ਨ ਹੋਈ ਹੈ ਉਸ ਤੋਂ ਬਾਅਦ ਤਕਰੀਬਨ ਇਸ ਪਿੰਡ ਵਿੱਚ ਟੋਟਲ ਸਾਡੀ ਜਿਹੜੀ ਹੈ ਗੁੱਜਰ ਬਰਾਦਰੀ ਹੈ। ਫਿਰ ਇਹਨੂੰ 2002 ਦੇ ਵਿੱਚ ਜਿਹੜਾ ਹੈਗਾ ਨਾ ਜੀ, 2002 ਦੇ ਵਿੱਚ ਇਸ ਪਿੰਡ ਦਾ ਨਾਮ ਜਲਾਰ ਬੁਲਾਕਾ ਸਿੰਘ ਤੋਂ ਚੇਂਜ ਕਰਕੇ ਜਲਾਰ ਗੁਜਰਾਂ ਰੱਖ ਦਿੱਤਾ ਗਿਆ, ਕਿਉਂਕਿ ਇਸ ਪਿੰਡ ਦੀ ਕੁੱਲ ਆਬਾਦੀ ਜਿਹੜੀ ਹੈਗੀ ਟੋਟਲ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਗੁੱਜਰ ਗੁੱਜਰ ਖਾਨਦਾਨੀ। ਅੱਛਾ ਚੋਰੀ ਸਾਹਿਬ, ਇਸ ਪਿੰਡ ਦਾ ਟੋਟਲ ਰਕਬਾ ਕਿੰਨਾ ਹੈ? ਇਸ ਪਿੰਡ ਦਾ ਟੋਟਲ ਰਕਬਾ 10 ਮਰੱਬੇ ਦੇ, 10 ਮਰੱਬੇ ਟੋਟਲ ਰਕਬਾ। ਇਹਦੇ ਆਬਾਦੀ ਜ਼ਿਆਦਾ ਰਕਬਾ ਜਿਹੜਾ ਨੇ ਇਹ ਮਹਿਕਮਾ ਔਕਾਫ ਦਾ ਰਕਬਾ, ਜਿਹੜਾ ਕਿ ਬਾਬਾ ਗੁਰੂ ਨਾਨਕ ਦਾ 750 ਮਰੱਬਾ ਏਕੜ ਸੀ, ਉਹਦਾ ਜ਼ਿਆਦਾ ਹਿੱਸਾ ਜਿਹੜਾ ਵੇ ਉਹ ਸਾਡੇ ਪਿੰਡ ਦੇ ਵਿੱਚ ਮਹਿਕਮਾ ਔਕਾਫ ਕੋਲੋਂ ਲੀਜ਼ ਤੇ ਲੈ ਕੇ ਉਹਦੀ ਕਾਨੂੰਨੀ ਪ੍ਰੋਸੈਸ ਜਿਹੜਾ ਵੀ ਹੈ ਉਹਨੂੰ ਅਸੀਂ ਪੂਰਾ ਕਰਕੇ ਇਹਦੇ ਉੱਤੇ ਕਾਸ਼ਤਕਾਰੀ ਅਸੀਂ ਕਰ ਰਹੇ ਹਾਂ। ਇਹ ਆਪਣਾ ਜਿਹੜਾ ਹੈਗਾ ਨਾ ਪਿੰਡ ਦੇ ਵਿੱਚ ਜ਼ਿਆਦਾ ਰਕਬਾ ਜਿਹੜਾ ਵੇ ਉਹ ਔਕਾਫ ਦਾ। ਮੰਮਾ ਜਮੀਰ ਚਲਾ ਗੁਜਰਾਂ ਰਹਿਣ ਵਾਲਾ ਜੀ, ਜ਼ਿਲ੍ਹਾ ਨਨਕਾਣਾ। ਅੱਛਾ ਚੋਰੀ ਸਾਹਿਬ, ਆਪਣਾ ਚੜ੍ਹਦੇ ਪੰਜਾਬ ਤੋਂ ਆਪਣਾ ਪਿੰਡ ਔਰ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਮਲੋੜ ਸੀ। ਅੱਛਾ ਜੀ, ਉਸ ਚੜ੍ਹਦੇ ਪੰਜਾਬ ਵਿੱਚ ਉਧਰ ਆਪਣੀ ਪੈਰੀ ਕਿੰਨੀ ਕਹਿ ਗਈ ਸੀ ਬਲਾ, ਯਾਦ ਹੈ? ਵੱਡਿਆਂ ਨੇ ਦੱਸਿਆ ਹੈਗੇ 10 ਕਿੱਲੇ ਸੀ, 10 ਏਕੜ, 10 ਏਕੜ ਸੀ, 10 ਏਕੜ। ਅੱਛਾ ਜੀ, ਤੇ ਇਹ ਚਲਾਰ ਗੁਜਰਾਂ ਨਨਕਾਣਾ ਸਾਹਿਬ ਦੇ ਵਿੱਚ, ਹਾਂਜੀ, ਇਹ ਜਿਹੜਾ ਪਿੰਡ ਹੈ ਆਪਣਾ, ਹਾਂਜੀ ਹਾਂਜੀ, ਇਸ ਪਿੰਡ ਦੇ ਵਿੱਚ ਆਪਾਂ ਨੂੰ 47 ਤੋਂ ਬਾਅਦ ਕਿੰਨੀ ਕੁ ਪੈਰੀ ਮਿਲੀ ਸੀ? ਸਾਨੂੰ ਮਿਲੀ 10 ਕਿੱਲੇ ਜੀ। 10 ਕਿੱਲੇ ਉਹ ਮਤਲਬ ਬਦਲੇ 10 ਕਿੱਲੇ? 10 ਕਿੱਲੇ ਮਿਲੀ। ਅੱਛਾ, ਤੇ ਇੱਥੇ ਜੀ ਆਪਣਾ ਚਲਾਰ ਗੁਜਰਾਂ ਦੇ ਵਿੱਚ ਸਕੂਲ ਕਿੰਨੇ ਨੇ? 2 ਜੀ। ਕਿਹੜੇ ਕਿਹੜੇ? ਮੁੰਡਿਆਂ ਦਾ ਵੱਖਰਾ, ਕੁੜੀਆਂ ਦਾ ਅਲੱਗਾ, ਮੁੰਡਿਆਂ ਦਾ ਅਲੱਗਾ। ਅੱਛਾ, ਤੇ ਇਸ ਪਿੰਡ ਦੇ ਵਿੱਚ ਜੀ ਆਪਣਾ ਮਸੀਤਾਂ ਕਿੰਨੀਆਂ ਨੇ? ਮਸਜਿਦ ਇੱਕੋ ਹੀ ਹੈ ਜੀ।
ਅੱਛਾ ਚੋਰੀ ਸਾਹਿਬ ਤੇ ਪਿੰਡ ਦੇ ਵਿੱਚ ਤਰਕਿਆਤੀ ਕੰਮ ਜਿਵੇਂ ਨਾਲ ਹੀ 16 ਗੁਰਾਂ ਪਰਾਂ ਇਹ ਜ਼ਿਆਦਾ ਕਿਹੜੇ ਕਿਹੜੇ ਹੋਏ ਹੋਏ ਨੇ ਤੇ ਕਿਹੜੇ ਹੋਣ ਵਾਲੇ ਇਹਨਾਂ ਦੇ ਬਾਰੇ ਕੀ ਖਿਆਲ? ਪੀਸੀ ਪੈਣ ਵਾਲੀ ਹੈ ਜੀ, ਨਾਲੀਆਂ ਬਣੀ ਆ, ਪੀਸੀ ਪੈਣ ਵਾਲੀ ਹੈ। ਪੀਸੀ ਪੈਣ ਵਾਲੀ ਹੈ, ਹਾਂਜੀ। ਅੱਛਾ ਚੋਰੀ ਸਾਹਿਬ ਇਸ ਪਿੰਡ ਦੀ ਯੂਨੀਅਨ ਕੌਂਸਲ ਕਿਹੜੀ ਹੈ? ਹੁਸੈਨ ਦਾ ਕੋਟ ਜੀ। ਹੁਸੈਨ ਦਾ ਕੋਟ, ਹਾਂਜੀ। ਇਹ ਪਿੰਡ ਦੀਆਂ ਨੰਬਰਦਾਰੀਆਂ ਕਿੰਨੀਆਂ ਨੇ? ਨੰਬਰਦਾਰੀ ਇੱਕੋ ਹੀ ਹੈ ਜੀ। ਤੇ ਇਸ ਤੇ ਮੌਜੂਦਾ ਨੰਬਰਦਾਰ ਸਾਹਿਬ ਕੌਣ ਨੇ ਜੀ? ਸ਼ਾਹਦ ਫਰੂਕ ਜੀ। ਸ਼ਾਹਦ ਫਰੂਕ ਸਾਹਿਬ ਨੇ, ਹਾਂਜੀ। ਅੱਛਾ ਚੋਰੀ ਸਾਹਿਬ ਇਸ ਪਿੰਡ ਦਾ ਇਹ ਜਿਹੜਾ ਪਿੰਡ ਹੈ ਜ਼ਿਲ੍ਹਾ ਨਨਕਾਣਾ ਦੇ ਕਿਹੜੇ ਥਾਣੇ ਦੀਆਂ ਦੋ ਦੇ ਚਾਰ ਹੈ? ਸਦਰ ਜੀ। ਸਦਰ ਵਿੱਚ, ਹਾਂਜੀ। ਅੱਛਾ ਜੀ ਇਸ ਵੋਟ ਕਿੰਨਾ ਹੋਣਾ ਟੋਟਲ? 1000 ਜੀ। ਠੀਕ ਹੋ ਗਿਆ। ਇਸ ਪਿੰਡ ਦੇ ਵਿੱਚ ਕਿੰਨੇ ਕੁ ਘਰ ਹੋਣੇ ਨੇ? ਘਰ ਹੋਣੇ ਜੀ 80-90 ਘਰ। ਪਿੰਡ ਦੇ ਵਿੱਚ ਜ਼ਰੀਆ ਮੁਆਸ਼ ਜਿਹਨੂੰ ਆਪਾਂ ਨੇ ਕਮਾਈ ਦਾ ਜ਼ਰੀਆ, ਹਾਂਜੀ, ਉਹ ਜ਼ਿਆਦਾ ਲੋਕਾਂ ਦਾ ਕਿਸ ਤਰ੍ਹਾਂ ਦਾ ਹੈ? ਜ਼ਿਮੀਦਾਰਾ ਜੀ। ਜ਼ਿਮੀਦਾਰਾ, ਹਾਂਜੀ। ਮਾਲ ਮੁਆਸ਼ੀ। ਮਾਲ ਮੁਆਸ਼ੀ, ਠੀਕ ਹੋ ਗਿਆ। ਤੇ ਇਸ ਪਿੰਡ ਦਾ ਟੋਟਲ ਰਕਬਾ ਜਿਹੜਾ ਜ਼ਮੀਨੀ ਅਲਾਟ ਹੋਇਆ ਗਵਰਨਮੈਂਟ ਦੀ ਤਰਫੋਂ ਕਿੰਨਾ ਕੋਣਾ ਟੋਟਲ ਯਾਦ ਹੈ? 5 ਮਰਬੇ ਜੀ। 5 ਮਰਬੇ ਜੀ। ਅੱਛਾ ਜੀ ਜਿਹੜਾ ਅਚਲਾਰ ਗੁਜਰਾਂ ਦੀ ਹੈ, ਹਾਂਜੀ, ਇਹਦਾ ਨਾਂ ਤੇ ਅਸਲ ਕੁਛ ਹੋਰ ਨਹੀਂ ਜੀ? ਨਹੀਂ ਜੀ, ਉਹ ਮਹਿੰਗਲਾ ਦੀ ਜਰਾਦ ਦੇ ਨਾਲ ਚਲਾ ਸੀ। ਹਾਂ, ਅਸਾਂ ਤੋਂ ਅੱਗੇ ਸੀ ਮਹਿੰਗਲ, ਇਹ ਪਹਿਲਾਂ ਦੇ ਬੈਠੇ ਸੀ। ਹਾਂ, ਅਸੀਂ ਵੀ ਆ ਗਏ ਇੱਥੇ ਜੰਗਲ ਦੇ ਵਿੱਚ ਮੰਗਲ ਲਾ ਲਿਆ। ਹਾਂ, ਅੱਛਾ ਜੀ ਇਹ ਚਲਾਰ ਜੀ, ਸੋਰੀ, ਬਲਾਕਾ ਸਿੰਘ, ਇੱਥੇ ਕੋਈ ਸਿੱਖ ਰਹਿੰਦਾ ਹੁੰਦਾ ਸੀ? ਹੈ ਹੀ ਸਿੱਖ ਜੀ। ਇੱਥੇ ਸਿੱਖ ਰਹਿੰਦਾ ਸੀ ਵੇਲੇ? ਉਹਦੇ 5 ਮਰੱਬੇ ਸੀ ਗਾਈਆਂ ਦੇ। ਅੱਛਾ, 5 ਮਰੱਬਿਆਂ ਦੀ ਪੈਲੀ ਸੀ ਦਿੱਤੀ ਸੀ? ਸਹੀ, 5 ਮਰੱਬੇ। ਹਾਂ, ਇੱਕ ਵੀ ਚਲਾ ਗਿਆ ਹਿੰਦੁਸਤਾਨ ਦੇ ਵਿੱਚ ਰਹਿ ਗਿਆ ਇੱਥੇ। ਹਾਂ, ਅੱਜ ਰਾਵ ਦਾ ਕੋਈ ਹਿੱਸਾ ਸੀਗਾ, ਮੈਂ ਵੀ ਲੈ ਲਿਆ ਸੀ। ਹਾਂ, ਕੱਢੇ ਜੀ। ਬਾਕੀ ਇਹ ਮਹਿੰਗਲ ਪਹਿਲਾਂ ਦੇ ਬੈਠੇ ਪਏ, ਮਹਿੰਗਲ ਪਹਿਲਾਂ ਦੇ ਬੈਠੇ ਬੜੇ ਸਰ ਤੋਂ ਖੜੇ ਕਰੋਂ ਅੱਗੇ ਬੈਠੇ। ਅੱਛਾ, ਇਹਨੂੰ ਚਲਾਰ ਕਿਉਂ ਆਖਦੇ ਨੇ? ਤੇ ਚਲਾਰਾਂ ਹੁੰਦੀਆਂ ਸੀ, ਪੈਰੀ ਉੱਚੀ ਸੀ, ਚਲਾਰਾਂ ਨਾ ਪੈਰੀ ਗੱਡਦੇ ਸੀਗੇ ਚਲਾਰਾਂ ਬਾਹਰ। ਅੱਛਾ, ਆ ਪਾਣੀ ਖਾਇਆਂ ਦੇ ਲੈਦੇ। ਹਾਂ, ਤੇ ਅੱਗੇ ਜੋੜ ਕੇ ਚੱਕਦੇ ਸੀ। ਸਹੀ, ਉਹ ਵੀ ਚਲਾਰਾਂ ਹੀ ਬਜਣੀਆਂ। ਹਾਂ, ਸਹੀ। ਤੇ ਇਹ ਤੁਸੀਂ ਟੱਗੇ ਵਾਹੁੰਦੇ ਰਹੋ ਆਪਣੀ ਯਾਤੀ ਵਿੱਚ? ਵਾਹਦੇ। ਤੇ ਰੋਜ਼ ਦੀ ਪੈਲੀ ਕਿੰਨੀ ਵਾਹ ਲੈਂਦੇ ਸੋ? ਜਦੋਂ ਉਹ ਪੈਲੀ ਦਾ ਕਿਹਾ ਜੀ, ਟੱਗੇ ਚੰਗੇ ਹੋਣ ਤਾਂ ਮਾਈ ਨੇ 2 ਕਿੱਲੇ ਵਾਹ ਗਿਆ, ਜਿਹਦਾ ਕਿੱਲਾ ਵੀ ਘਰ ਵਾਹ ਕੇ ਨਿਕਲਦੇ ਸੀ। ਹਾਂਜੀ ਸਾਹਿਬ, ਤੁਸੀਂ ਕਿੰਨੀ ਕਮਾਉਂਦੇ ਰਹੇ ਹੋ? ਅਸੀਂ ਵੀ ਇਹੋ ਕੁਛ ਕਰਦੇ ਰਹੇ, ਸਾਡੇ ਕੋਲ ਦੂਈ ਮਸ਼ੀਨ ਲੱਗੀ। ਉਹ ਜ਼ਰਾ ਵਕਤ ਦੱਸੋ, ਉਸ ਵਕਤ ਵਿੱਚ ਕਿਵੇਂ ਜਾਣਾ? ਉਸਲੇ ਤੜਕੇ ਉੱਠ ਪੈਂਦੇ ਸੀ। ਅੱਛਾ, ਨਮਾਜ਼ ਵੇਲੇ। ਅੱਛਾ, ਐਲੇ ਨੂੰ ਬਾਬੂ ਕੇ ਦਕਾ ਰੋਟੀ ਪਾਣੀ ਆ ਖਾਂਦੇ ਸੀ। ਰੋਟੀ ਪਾਣੀ ਆ ਖਾਂਦੇ ਸੀ। ਤੇ ਉਸ ਟਾਈਮ ਦਾਤਰੀ ਜਦੋਂ ਤੁਸੀਂ ਚਲਾਉਂਦੇ ਸੀ ਜਵਾਨੀ ਵਿੱਚ, ਹਾਂਜੀ, ਤੇ ਕਣਕ ਕਿੰਨੀ ਕੁ ਵੱਢ ਲੈਂਦੇ ਸੀ ਤੁਸੀਂ ਝਾੜੀ ਵਿੱਚ? ਪਾਈ ਐਵੇਂ ਝੂਠੀ ਮਾਨਾ, ਕਿੱਲੇ ਤੋਂ ਵੱਢ ਖੋਲਣਾ ਸੀ ਉਹਦੇ। ਹਾਂ, ਕਿਸੇ ਨੇ ਕਨਾਲ ਵਾਲੀ ਖੇਲ ਦੂਰ, ਇਹ ਕਨਾਲ ਤੇ ਅੱਜ ਵੀ ਵਾਢਾ ਵੱਢ ਲੈਂਦਾ, ਲੇਕਿਨ ਹੁਣ ਤਾਂ ਵੱਡੀ ਹੋਰ ਹੈ, ਉਸ ਵੇਲੇ ਵੱਡੀ ਹੋਰ ਸੀ। ਦੇਸੀ ਕਣਕ ਹੁੰਦੀ ਹੈ? ਹਾਂ, ਇੰਨੀਆਂ ਖਾਦਾਂ ਖੁਦਾਂ ਤਾਂ ਹਨ ਕੋਣ? ਖਾਦਾਂ ਅਸੀਂ ਦੇਖੀਆਂ ਨਹੀਂ, ਜੰਮੀਆਂ ਹੁਣ ਤਾਂ। ਸਹੀ, ਹੁਣ ਦਵਾਈ ਵੀ ਆ ਗਈ, ਸਭ ਕੁਝ ਆ ਗਿਆ ਬੰਦੇ ਵਾਸਤੇ। ਸਹੀ, ਤੇ ਆਹ ਵੱਡੂਆ ਜਿਹੜੀਆਂ ਸੇਮ ਬਣੀਆਂ, ਸੇਮ ਇਹ ਤਾਂ ਕੱਲ੍ਹ ਬਣੀ, ਤੇ ਇਹਦੇ ਇਹ ਸੇਮ ਕੱਲ ਬਿਲਕੁਲ ਤੁਹਾਡੇ ਹਿਸਾਬ ਦੇ ਨਾਲ ਤਾਂ ਕੱਲ ਹੀ ਬਣੀ? ਅਸੀਂ ਪੱਟੀ ਆ ਬਾਜੀ ਸੇਮ। ਅੱਛਾ, ਇਹਨੂੰ ਬਣਾਇਆ ਕਿਸ ਵਾਜ, ਇਹਦਾ ਮਕਸਦ ਕੀ ਸੀ ਬਣਾਉਣ ਦਾ? ਇਹ ਜਦੋਂ ਪਾਣੀ ਆ ਗਿਆ ਸੀ ਨਾ ਸਲਾਬ ਦਾ, ਤੇ ਫਿਰ ਰਾਹ ਕੋਈ ਨਾ ਸੀ। ਹਾਂ, ਤੇ ਫਿਰ ਗਵਰਨਮੈਂਟ ਨੇ ਐਲਾਨ ਕੀਤਾ ਵੀ ਖਾਏ ਬਣਾਓ, ਨਹਿਰਾਂ ਬਣਾਓ। ਹਾਂ, ਯਾਨੀ ਕਿ ਇਹਦੇ ਵਿੱਚ ਪਾਣੀ ਜਮ੍ਹਾਂ ਕੀਤਾ ਜਾਂਦਾ, ਪਾਣੀ ਨਿਕਲ ਜਾਏਗਾ ਗਾਂ ਤੇ ਗਾਂ ਜਾਏਗਾ। ਹਾਂ, ਬੜਾ ਫਲਾਉਂਦਾ। ਸਹੀ ਤਾਂ ਭਾਈ ਜੀ, ਸਹੀ। ਇਹ ਅਬਦੁਲ ਬਾਰੀ ਨਹੀਂ ਆ? ਹਾਂਜੀ, ਇਹਨਾਂ ਦੇ ਕੋਲ। ਹਾਂਜੀ ਹਾਂਜੀ, ਬਾਈ ਚੱਕ ਹੈ। ਹਾਂਜੀ, ਇਹਦਾ ਪਿੰਡ ਡੁੱਬ ਗਿਆ ਸੀ। ਸਹੀ, ਸਾਰੀ ਪੰਜਾਬ ਦੇ ਪਿੰਡਾਂ ਚ ਇਕੱਠੇ ਕੀਤੇ। ਸਹੀ, ਅੱਜ ਮੈਂ ਬੰਨ ਲਾਇਆ 4 ਸਵੇਰ ਦਾ। ਹਾਂ, ਫਿਰ ਇਹਦਾ ਪਿੰਡ ਬਚਿਆ। ਸਹੀ, ਉੱਥੇ ਵੀ ਵਜ਼ੀਰ ਨੇ ਕਿਹਾ ਹੁਣ ਨਹਿਰਾਂ ਕੱਢੋ ਨਾਲ। ਸਹੀ, ਫਿਰ ਪਾਣੀ ਗਾਂ ਟੁਰ। ਸਹੀ, ਚੱਲਦੇ ਪਏ ਆ? ਚੱਲਦੇ, ਬਿਲਕੁਲ ਸਹੀ ਆ। ਅੱਜ ਸਾਹਿਬ ਆਪਣਾ ਪਿੰਡ ਇੰਡੀਆ ਦੇ ਵਿੱਚ ਜਿਹੜਾ ਚੜ੍ਹਦਾ ਪੰਜਾਬ, ਉਹਦੇ ਜ਼ਿਲ੍ਹਾ ਕਿਹੜਾ ਸੀ ਕੋਈ ਪਤਾ ਹੈ? ਸਾਡਾ ਹੁਸ਼ਿਆਰਪੁਰ ਜ਼ਿਲ੍ਹਾ। ਜ਼ਿਲ੍ਹਾ ਹੁਸ਼ਿਆਰਪੁਰ ਸੀ?
ਉਧਰ ਪਿੰਡ ਕਿਹੜਾ ਸੀ ਆਪਣਾ ਕੋਈ ਯਾਦ ਹੈ? ਪਿੰਡ ਸਾਡਾ ਜੀ ਰੱਖ ਸਾਡੇ ਸੀ, ਉਹ ਸਾਡੇ ਕਾਹਦੇ ਪਿੰਡ ਦਾ ਸੀ, ਪਠਾਣਾ ਦੇ ਜਿਹੜੇ ਜਗੀਰਦਾਰ ਸੀ, ਅਸੀਂ ਤਾਂ ਮਾਲ ਆਏ ਸੀ ਲੈ ਕੇ, ਭਾਵੇਂ ਇੱਥੇ ਬਹਿ ਗਏ ਭਾਵੇਂ ਉੱਥੇ ਬਹਿ ਗਏ, ਮਾਲ ਖੁੱਲਾ ਚਾਰਨਾ। ਉਹ ਕਹਿੰਦੇ ਸਾਨੂੰ ਵੀ ਖਾਣ ਨੂੰ ਦਿਓ, ਤੁਸੀਂ ਵੀ ਖਵਾ ਕੇ ਖਾਓ, ਖੂਹ ਵੀ ਲਾਉਂਦੇ ਸੀ ਉਹ। ਸਹੀ, ਇਹਦਾ ਬੰਨ ਮਾਲ ਕੋਈ ਨਾ ਸੀ। ਸਹੀ, ਹੁਸ਼ਿਆਰਪੁਰ ਸਾਡੇ ਕੋਲ ਸੀ। ਸਹੀ, ਜਲੰਧਰ ਸਾਡੇ ਦੂਰ ਸੀ। ਅੱਛਾ, ਹੁਸ਼ਿਆਰਪੁਰ ਕੋਲ ਸੀ ਤੇ ਜਲੰਧਰ ਦੂਰ ਸੀ? ਜਲੰਧਰ 20 ਮੀਲ ਦੂਰ ਸੀ। ਅੱਛਾ, ਅੰਮ੍ਰਿਤਸਰ ਉਹ ਤੋਂ ਵੀ ਦੂਰ ਸੀ। ਸਹੀ, ਅਸੀਂ ਹੁਸ਼ਿਆਰਪੁਰ ਦੇ ਰਹਿਣਾ। ਤੁਸੀਂ ਹੁਸ਼ਿਆਰਪੁਰ ਦੇ ਰਹਿਣਾ? ਬਾਬਾ ਜੀ, ਆਪਣੀ ਕੌਮ ਕੀ ਭਲਾ? ਗੁੱਜਰ। ਗੁੱਜਰ ਬਰਾਦਰੀ ਹੈ ਜੀ? ਗੁੱਜਰ 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 ਗੁੱਜਰ। ਤੇ ਪਿੰਡ ਜ਼ਿਆਦਾ ਗੁੱਜਰ ਹੀ ਰਹਿੰਦੇ ਨੇ ਚਲਾਰ ਵਿੱਚ? ਇੱਥੇ? ਹਾਂਜੀ, ਇਹ ਸਾਰੇ ਗੁੱਜਰ, ਇੱਕ ਦੋ ਘਰ ਹੈ ਹੋਰ।